ਦੱਸਣਾ ਵੀ ਇਹ ਬੈਠਦਾ ਤੇ ਨਾ ਮੰਜੋ ਦੇ ਡੈਡੀ ਨੇ ਨਾਸ ਹੀ ਕਰ ਦਿੱਤਾ ਕਿਤੇ ਕਦੀ ਇਹਨੂੰ ਭੁੜਕ ਕਦੇ ਇਹਨੂੰ ਭੁੜਕ ਨਿਆਣਿਆਂ ਨਾਲੋਂ ਵੀ ਵੱਧ ਗਈ ਆ ਗੱਲ ਮੈਂ ਤਾਂ ਨੀ ਮਹਾਰਾਜ ਹੁਣ ਡਾਕਟਰ ਚੰਗਾ ਟੱਕਰ ਜੇ ਇਹਨੂੰ ਕਦੇ ਇੱਕ ਦੋ ਵਾਰ ਖੜਿਆ ਹੀ ਆਰਾਮ ਆ ਜੇ ਸੱਚੇ ਪਾਤਸ਼ਾਹ ਜ਼ਿਆਦੀ ਵਾਰ ਨਾ ਜਾਣਾ ਪਵੇ ਕਿੱਥੇ ਮੇਰਾ ਪੁੱਤ ਕੇ ਖਾਂਦਾ ਫਿਰੂਗਾ ਤੇ ਕੋਈ ਗੱਲ ਨੀ ਸਾਰੇ ਕੰਮ ਮਹਾਰਾਜ ਨੇ ਕਰ ਦੇਣੇ ਆ ਕੀ ਸਰਾਣੇ ਹੀ ਪਾੜ ਪਾੜ ਸੁੱਟ ਦਿੱਤੇ ਲੀਰਾਂ ਹੀ ਲਾ ਦਿੱਤੀਆਂ ਚੱਲ ਆ ਇੰਨਾ ਵੀ ਇਹ ਸਰਾਣੇ ਦੇ ਛਾੜ ਨੂੰ ਜਿੱਪ ਵਾ ਹੁਣ ਜਿੱਪ ਦਾ ਤੇ ਖਰਿਆ ਨਾ ਹੀ ਪਤਾ ਲੱਗੂਗਾ ਤੇ ਕੋਈ ਨੀ ਕਦੋਂ ਦਾ ਮੁੰਡਾ ਭੁੱਖਾ ਧਿਆ ਲੈ ਕੇ ਚਲ ਗਿਆ ਸਵੇਰ ਦਾ ਰੋਟੀ ਅਜੇ ਉਹਨੇ ਖਾਣੀ ਓ ਚੱਲ ਰੰਗ ਵੀ ਗੂੜਾ ਮਾਸਾ ਮੈਲੇ ਵੀ ਹੋ ਜਾਣਗੇ ਤਾਂ ਵੀ ਕੋਈ ਨੀ ਦੋ ਦੀ ਉਮਾ ਬਣਾ ਕੇ ਕੱਪੜੇ ਵੀ ਪਾ ਲੈ ਹੁਣ ਮੇਰਾ ਸਿਰ ਵਾ ਦੋ ਪੁੱਤ ਸਿਰ ਵਾ ਦੇ ਨਹੀਂ ਆਪਣੇ ਪੁੱਤ ਦਾ ਮੈਂ ਕਿ ਕੀ ਕਰਨ ਸਵਾਤ ਤੇ ਸਿਰ ਵਾਣਾ ਮੈਂ ਬਾਅਦ ਦੀ ਜਰਾ ਕੰਮ ਕੁਮ ਕਰਕੇ ਨਹੀਂ ਉਹ ਪਾਪਾ ਕਹਿੰਦੇ ਕਿ ਨਾ ਅਸੀਂ ਉੱਥੇ ਜਾਵਾਂਗੇ ਨਾਨੂ ਪਿੰਡ ਹੈ ਕਿ ਤਿਆਰ ਹੋ ਜਾ ਰਾਤੀ ਦੀ ਜਾਚੀ ਹੱਦ ਹੀ ਹੋ ਗਈ ਮੈਂ ਜੋਤੀ ਵੱਲ ਵੇਖ ਕੇ ਡਰੀ ਗਈ ਮੈਂ ਪਤਾ ਨਹੀਂ ਕੀ ਹੋ ਗਿਆ ਸੱਚੀ ਇੰਨਾ ਰਾਤੀ ਰੌਲਾ ਪਾਇਆ ਸੀ ਨਾ ਮਨਪ੍ਰੀਤ ਵੱਲੋਂ ਤੇ ਮੈਂ ਫਿਰ ਹਾਰ ਕੇ ਉਹਦੀ ਮਨ ਦੀ ਤਸੱਲੀ ਵਾਸਤੇ ਇੰਨੀ ਗੱਲ ਤੇ ਕਹੀ ਮੈਂ ਕਿਹਾ ਚੱਲ ਠੀਕ ਹੈ ਜੇ ਮਨਪ੍ਰੀਤ ਹੋਊਗੀ ਨਾ ਮੈਂ ਕਿਹਾ ਚੱਲ ਸਾਡੇ ਨਾਲ ਮੰਦਰ ਚੱਲ ਤੇ ਜੇ ਹੋਈ ਮਨਪ੍ਰੀਤ ਫਿਰ ਮੰਦਰ ਦੇ ਅੱਗੇ ਨੇ ਮਤਲਬ ਅੰਦਰ ਨਾ ਜਾਊਗੀ ਤੇ ਮੈਂ ਨਹੀਂ ਇੰਨਾ ਸੋਚਿਆ ਹੈਗਾ ਵੀ ਮਨਪ੍ਰੀਤ ਹੋਊਗੀ ਆਹੋ ਇਹ ਤੇ ਗੱਲ ਹੈ ਪਰ ਮੈਨੂੰ ਤਾਂ ਸੱਚੀ ਡਰ ਰਾਤ ਮੈਨੂੰ ਆਪ ਲੱਗਦੀ ਹੈ ਚਾਚੀ ਮੇਰੀਆਂ ਗੱਲਾਂ ਕਰਨ ਦੇ ਨੇ ਨਹੀਂ ਤੇਰੀਆਂ ਗੱਲਾਂ ਕਰਨ ਦੇ ਤੇਰੀਆਂ ਗੱਲਾਂ ਕਰਨ ਦੇ ਆ ਤੇ ਕਿਉਂ ਚੁਗਲੀਆਂ ਚੁਗਲੀਆਂ ਤਾਂ ਨਹੀਂ ਮੇਰੀਆਂ ਕਰਨ ਦੇ ਨੇ ਚੁਗਲੀਆਂ ਕੀ ਕਰਨੀਆਂ ਵਾ ਚਲ ਕੋਈ ਗੱਲ ਕਰ ਵੀ ਲਓਗੀ ਮੇਰੇ ਪਾਪ ਤੋਂ ਬਣੇ ਆ ਨਹੀਂ ਚੁਗਲੀਆਂ ਨਹੀਂ ਕਰਨ ਦੇ ਹੀ ਸਿਰਫ ਇਹੀ ਗੱਲ ਕਰਨ ਦੇ ਕਹਿੰਦੇ ਫਿਰ ਰਾਤ ਜੋਤੀ ਸਾਨੂੰ ਜੋਤੀ ਨੇ ਡਰਾ ਹੀ ਡਰਾ ਹੀ ਦਿੱਤਾ ਸਾਨੂੰ ਅਸੀਂ ਤੇ ਡਰ ਗਈ ਆ ਚਾਚੀ ਇਹ ਵੀ ਸੱਚੀ ਐ ਜਿੱਦਾਂ ਨਾ ਉਹ ਨੀਰੂ ਜਿਹੜੀ ਅੱਛਾ ਉਹ ਮੈਂ ਜੀ ਜਿੱਦਾਂ ਵਾਲ ਖਲਾਰ ਕੇ ਨਾ ਮੇਰੇ ਲਾਗੇ ਆ ਗਈ ਆ ਤੇ ਉਹ ਹੈ ਉਹ ਮੰਨ ਜਾ ਮੈਨੂੰ ਕਹਿੰਦੀ ਆ ਭਾਬੀ ਭਾਬੀ ਯਾਦ ਕੀਤਾ ਹੀ ਹੈ ਮਨਪ੍ਰੀਤ ਹੀ ਅੱਛਾ ਤੇ ਮਿੰਟ ਚ ਭੈਣ ਪਤਾ ਨਹੀਂ ਉਹਨੇ ਕਿਹੜਾ ਜਾ ਕੇ ਰਬੜ ਬੈਂਡ ਆਪਣੇ ਪੋਨੀ ਜੀ ਤੇ ਰਬੜ ਬੈਂਡ ਵੀ ਪਾ ਲਿਆ ਤੂੰ ਤਾਂ ਡਰ ਗਈ ਤੂੰ ਸਾਨੂੰ ਵੀ ਨਾ ਡਰਾਤਾ ਨਹੀਂ ਮਨਪ੍ਰੀਤ ਕਿੱਥੇ ਹੋਣੀ ਤੇਰਾ ਵਹਿਮ ਆ ਤੇਰੇ ਦਿਲ ਦਾ ਵਹਿਮ ਆ ਨਹੀਂ ਮਰੇ ਵੀ ਕਦੀ ਜੀਦੇ ਨੇ ਮੇਰੇ ਤੇ ਭੈਣੇ ਇੱਕ ਵਾਰੀ ਤਾਂ ਜ਼ਮੀਨ ਹੀ ਪੈਰਾਂ ਥਲੋਂ ਨਿਕਲ ਗਈ ਮੇਰਾ ਤਾਂ ਦਿਲ ਹੀ ਨਮਾਸ ਚ ਆਏ ਉਹ ਉੱਥੇ ਵੀ ਬੈਠੀ ਤਾਂ ਹੈ ਨਾ ਮੰਦਰੇ ਪਰ ਧਿਆਨ ਮੇਰਾ ਬਾਰ ਬਾਰ ਉੱਥੇ ਹੀ ਜਾਈ ਜਾਂਦਾ ਹੈ ਘਰੇ ਹੀ ਜਿਹੜੇ ਚਲ ਜਾਂਦੇ ਮੁੜ ਕੇ ਵਾਪਸ ਵੀ ਆਉਂਦੇ ਆ ਇਹ ਵੀ ਸੋਚ ਨਾ ਤੂੰ ਇਹ ਗੱਲ ਤਾਂ ਚਾਚੀ ਤੁਹਾਡੀ ਠੀਕ ਹੁਣ ਉਹ ਵੇਲਾ ਜਿਹੜੀ ਆ ਨੀਰੂ ਉਦਨ ਦਾ ਉਹ ਇੱਕੋ ਹੀ ਸੂਟ ਚਾੜਿਆ ਨੇ ਤੇ ਆ ਚੂੜੀਆਂ ਜੀਆਂ ਕੀ ਮੈਂ ਬਾਣਾਣੀ ਉਹਨੂੰ ਪਿਆ ਉਹਨੂੰ ਹੁਣ ਕੀ ਕਵਾਂ ਹੈ ਤਾਂ ਉਹ ਉਧਰੋਂ ਹੀ ਆਈ ਬਿਹਾਰ ਤੂੰ ਉਹਨੂੰ ਘਰੋਂ ਕੋਈ ਸੂਟ ਦੇ ਦੇਣਾ ਹੀ ਨਾ ਨਹੀਂ ਦਿੱਤਾ ਵੇ ਮੈਂ ਤੈਨੂੰ ਦੱਸਾਂ ਤੇ ਲੱਗੀ ਆ ਅਮਰਤ ਨੇ ਮੰਗਾਇਆ ਹੈ ਆਨਲਾਈਨ ਸੂਟ ਅੱਛਾ ਤੇ ਉਹਦਾ ਅਜੇ ਤਾਂ ਵਿਚਾਰੀ ਨੇ ਤੱਤੀ ਨੇ ਪਾਇਆ ਹੋਣਾ ਪਾਇਆ ਵੀ ਨਹੀਂ ਹੋਣਾ ਹੈ ਪਾਇਆ ਵੀ ਨਹੀਂ ਅਜੇ ਤੇ ਮੰਗਾ ਕੇ ਰੱਖਿਆ ਅੱਛਾ ਸਗੋਂ ਆਂਦੀ ਭਾਬੀ ਆਨਲਾਈਨ ਥੋੜਾ ਖੁੱਲਾ ਆ ਗਿਆ ਅੱਛਾ ਪਹਿਲਾਂ ਮੇਰਾ ਦਿਲ ਵੱਜੇ ਵੀ ਮੈਂ ਉਹਨੂੰ ਕਹਿੰਨੀ ਆ ਵੀ ਮੈਨੂੰ ਦੇ ਦੇ ਰੰਗ ਬੜਾ ਸੋਹਣਾ ਵਾ ਫਿਰ ਮੈਂ ਹਾਂ ਡੈਡੀ ਨੇ ਤੇ ਮੇਰੇ ਕੋਲ ਪੈ ਜਾਣਾ ਵੀ ਜੇ ਕੁੜੀ ਨੇ ਕੋਈ ਚੀਜ਼ ਮੰਗਵਾ ਹੀ ਲਈ ਆ ਤੇ ਤੇਰਾ ਧਿਆਨ ਹੀ ਉਹ ਸੂਟ ਵਾਲਾ ਹੋ ਗਿਆ ਤੇਰਾ ਜੀ ਤੇ ਨਹੀਂ ਕਰਦਾ ਹੋਣਾ ਦੇਣ ਨੂੰ ਨਹੀਂ ਉਦਾਂ ਹੀ ਚਾਚੀ ਹੁਣ ਮੈਂ ਮਰੀ ਦਾ ਪੁੰਨੀ ਆ ਅੱਗੇ ਤਾਂ ਮਨਪ੍ਰੀਤ ਰਾਤ ਨੂੰ ਮੈਨੂੰ ਵਾਜਾਂ ਵਾਰੇ ਭਾਬੀ ਆ ਗਈ ਬਾਅਦ ਅਮਰ ਤੇ ਮੇਰੇ ਲਾਗੇ ਖਲੋ ਕੇ ਕਹਦੇ ਭਾਬੀ ਮੈਂ ਵੀ ਆ ਗਈ ਤੇ ਉਹਨੇ ਕਿਹੜਾ ਪਾਇਆ ਸੀ ਤਾਂ ਉਹ ਜਫੀ ਨਾ ਨਹੀਂ ਅਗੇ ਨਹੀਂ ਮੇਰੇ ਕੋਲ ਸੂਟ ਵਾਧੂ ਮੈਂ ਨਹੀਂ ਪਾਉਂਦੀ ਉਹਨਾਂ ਦੇ ਮਰੀਆਂ ਦੇ ਮੈਂ ਤਾਂ ਜਿਹੜੇ ਹੈਗੇ ਵੀ ਨਾ ਪਹਿਲੇ ਪਏ ਤੇ ਫਿਰ ਕੀ ਮਰੀਆਂ ਦੇ ਸੂਟ ਨੂੰ ਕਿਉਂ ਚਲਿਆ ਨਾ ਨਾ ਮੈਂ ਸੂਟਾਂ ਵਿੱਚ ਕੋਈ ਵੜਿਆ ਹੁੰਦਾ ਵਾ ਨਾ ਨਾ ਮੈਂ ਨਹੀਂ ਘਰ ਰੱਖੇ ਮੈਂ ਨਹੀਂ ਬਾਕੀ ਮੇਰੀ ਗੱਲ ਸੁਣ ਜਾ ਸੂਟ ਤੇ ਵੱਖਰੀ ਗੱਲ ਆ ਜਿਹੜੇ ਮੰਜੇ ਘਰ ਆ ਹੋਰ ਸਮਾਨ ਹੋਰ ਜਾਇਦਾਦ ਸਭ ਦੇ ਵਿੱਚ ਨਹੀਂ ਹੈਗੇ ਉਹ ਵੀ ਦੇ ਦਈਦੀ ਆ ਆਹੋ ਹੁਣ ਜਾਇਦਾਦ ਕਿੱਦਾਂ ਮੈਂ ਦੇ ਦਾਂ ਉਹ ਤੇ ਮੈਂ ਆਖਿਆ ਵਾ ਤੇ ਕੱਪੜੇ ਵਿੱਚ ਥੋੜਾ ਕੋਈ ਵੜ ਜਾਂਦਾ ਵਾ ਨਹੀਂ ਜਾਇਦਾਦ ਹੁਣ ਕੋਈ ਨਹੀਂ ਲੱਗਦਾ ਸੁਣਾਉਂਦੀਆਂ ਜੇ ਜਾਇਦਾਦ ਜੇ ਤਾਂ ਜਿੰਦਗੀਆਂ ਰਹਿੰਦੀਆਂ ਤੇ ਜਾਇਦਾਦ ਉਹ ਵੀ ਮਾਲਕ ਹੈਗੀਆਂ ਸੀ ਤੇ ਹੁਣ ਜਦੋਂ ਮਰ ਗਈਆਂ ਤੇ ਜਾਇਦਾਦ ਦੀ ਮਾਲਕ ਨਹੀਂ ਭੈਣੇ ਸੁਣਾਉਣ ਨਹੀਂ ਡਈਆਂ ਨਹੀਂ ਤਾਂ ਉਤਰਾ ਗੱਲ ਵੀ ਆ ਰਹੀ ਕੀਤੀ ਆ ਗੱਲ ਕਰਨ ਦੇ ਆ ਤੂੰ ਗੈਂਡੀ ਕਿ ਸੂਟ ਮੈਂ ਨਹੀਂ ਉਹਨਾਂ ਦੇ ਪਾਉਣੇ
ਤਾਂ ਇਹੋ ਸਿਰਫ ਤੈਨੂੰ ਕਿਹਾ ਵਾ ਕਿ ਸੂਟਾਂ ਦੇ ਵਿੱਚ ਕਿਵੜਿਆ ਨਹੀਂ ਹੁੰਦਾ। ਮੈਨੂੰ ਜਾਇਦਾ ਮੈਂ ਕਿਹੜਾ ਵਰਤਦੀ ਨਹੀਂ, ਹੁਣ ਆਏ ਗਏ ਭਾਵੇਂ ਉਹ ਮਨਪ੍ਰੀਤ ਮਰ ਗਈ ਹੈ, ਜਦੋਂ ਆਉਂਦੇ ਜਾਂਦੇ ਮੈਂ ਹੀ ਪੁੱਛਦੀ ਹਾਂ। ਤੇ ਤੂੰ ਪੁੱਛਣਾ ਹੁਣ ਰਾਹੀਂ ਥੋੜਾ ਪੁੱਛਣਾ ਵਾ। ਅੱਜ ਤੁਸੀਂ ਤਾਂ ਹਰ ਵਾਰੀ ਜਾਇਦਾਦ ਵੱਲੋਂ ਸੁਣਾਉਂਦੇ ਜੇ ਜਾਇਦਾਦ ਉਹਨਾਂ ਦੀ ਜਾਇਦਾਦ ਉਹਨਾਂ ਦੀ। ਨਹੀਂ ਚਾਚੀ ਨੇ ਜਾਇਦਾਦ ਦੀ ਬਿਹਾਰੀ ਗੱਲ ਕੀਤੀ ਆ, ਸਿਰਫ ਇਹ ਗੱਲ ਕੀਤੀ ਆ ਕਿ ਉਦਾਂ ਤੂੰ ਕਹਿੰਦੀ ਕੱਪੜੇ ਆ, ਚਲ ਕੱਪੜੇ ਸੁੱਟ ਦੇਂਗੀ ਤੇ ਜਿਹੜਾ ਘਰ ਸਮਾਨ ਬਾਕੀ ਆ ਤੇ ਜਾਇਦਾਦ ਉਹ ਸੁੱਟ ਸੁੱਟ ਦੇਂਗੀ। ਹੁਣ ਮੈਂ ਉਹਨੂੰ ਫਿਰ ਸੂਟ ਉਹ ਦੇ ਕੇ ਆਈ, ਮੈਂ ਨਹੀਂ ਚੂੜੀਆਂ ਪਹਿਲਾਂ ਤਾਂ ਚੂੜੀਆਂ ਜੀਆਂ ਲਾ ਬੁਰੀਆਂ ਜੀਆਂ ਲੱਗਦੀਆਂ, ਮੈਂ ਕੀ ਰੰਗ ਬਰੰਗੀਆਂ ਤੋਂ ਚੜੀਆਂ। ਬਹੁਤ ਵਧੀਆ ਗੱਲ ਆ। ਤੇ ਮੈਂ ਉਹਨੂੰ ਸੂਟ ਮੈਂ ਕਿਹਾ ਨਾ ਦੋ ਤੇ ਸੂਟ ਬਦਲਾ ਆ ਪਾ ਲਾ। ਹਾਂ ਚਲੋ ਉਹ ਵੀ ਠੀਕ ਹੈ, ਚਲ ਪਾ ਲੂੰਗੀ। ਅਜੇ ਨਵਾਂ ਸੂਟ ਪਾਇਆ ਉਹਨੇ, ਤਾਂ ਪਾਇਆ ਵੀ ਨਹੀਂ ਹੈ ਜੀ। ਮੈਂ ਸੋ ਕਹਿਣੀ ਮੈਂ ਹਨੇ ਇੰਨੀ ਰੀਝ ਆ ਵੇਲਾ ਜਿਹਦੇ ਕਰਮਾਂ ਚ ਉਹਨੇ ਪਾਉਣਾ। ਹਾਂ ਉਹਦੇ ਕਰਮਾਂ ਚ ਨਹੀਂ ਤੇ ਉਹ ਕਿਤੇ ਪਾ ਲੈਂਦੀ। ਮਨਪ੍ਰੀਤ ਹੀ ਤੂੰ ਫਿਰ ਵੀ ਚੰਗੇ ਤਰੀਕੇ ਨਾਲ ਰਹਿ। ਆਹੋ ਚਾਚੀ ਜੀ ਹੁੰਦੀ ਨਾ ਉਹ ਮਨਪ੍ਰੀਤ ਅੰਦਰ ਉਹਨੇ ਪ੍ਰਸ਼ਾਦ ਕਿੱਦਾਂ ਲੱਲਣ ਆਈ ਹੋ ਤੇ ਮੈਂ ਵੀ ਹੈਰਾਨ ਕਿ ਮੰਦਿਰ ਦੇ ਅੰਦਰ ਵੀ ਚਲ ਗਈ, ਪ੍ਰਸ਼ਾਦ ਵੀ ਲਿਆ ਮੇਰੇ ਸਾਹਮਣੇ ਉਹਨੇ ਹਨਾ। ਤੇ ਜੇ ਇਹਨਾਂ ਨੇ ਆਤਮਾ ਤਾਂ ਅੰਦਰ ਜਾਂਦੇ ਹੀ ਨਹੀਂ। ਆਹੋ ਉਹਨੇ ਜਾਣਾ ਹੀ ਨਹੀਂ ਆਤਮਾ ਨੇ, ਤਾਂ ਹੀ ਤੈਨੂੰ ਕਿਹਾ ਨਾ ਤੈਨੂੰ ਵਹਿਮ ਹੋਇਆ ਵਾ। ਤੈਨੂੰ ਵਹਿਮ ਹੋਇਆ ਤੇ ਤੂੰ ਜਾ ਕੇ ਨਹੀਂ, ਮੈਂ ਤਾਂ ਆਪ ਉਹਨੂੰ ਚਰੀ ਉਹ ਤੇਰਾ ਦਿਲ ਡਰਦਾ ਸੀ ਉਹ ਡਰ ਗਈ। ਹਾਂ ਮੈਨੂੰ ਤਾਂ ਸੱਚੀ ਭੈਣ ਨਹੀਂ ਕਿੰਨੇ ਕੀ ਡਰਨਾ ਸੀ ਇਹਨੇ, ਨਾ ਸੁਖ ਮੈਨੂੰ ਡਰਾ ਦਿੱਤਾ। ਆਹੋ ਮੈਂ ਵੀ ਸੁਖ ਰਾਤ ਨਾ ਮੇਰਾ ਵੀ ਧਿਆਨ ਉਧਰ ਜਾਂਦਾ ਰਿਹਾ। ਨਹੀਂ ਤਾਂ ਦੀਮਾ ਪਾਪਾ ਕਹਿੰਦੇ ਸੀ ਮੇਰੇ ਹੁਣ ਤੱਕ ਤਿਆਰ ਹੋ ਜਾਈ, ਫਿਰ ਅਸੀਂ ਨਾ ਨਾਨੂ ਪਿੰਡ ਜਾਵਾਂਗੇ। ਨਾਨੂ ਪਾਪਾ ਨੇ ਕੱਲ ਫੋਨ ਦਿੱਤਾ ਸੀਗਾ। ਫੋਨ ਤੇ ਕੀਤਾ ਸੀ ਪੁੱਤ, ਮੈਨੂੰ ਪਤਾ ਵਾ ਪਾਪਾ ਤੇਰੇ ਕੱਲ ਹੀ ਕਹਿਣ ਡੇ ਵੀ ਚਲ ਜੀਏ ਸਮਰੀਤ ਨੂੰ ਲੈ ਕੇ, ਤੇ ਪੁੱਤ ਫਿਰ ਤੇਰੇ ਦਾਦੂ ਦੀ ਦਵਾਈ ਲਿਆਉਣੀ ਸੀ ਨਾ, ਤੇ ਤਾਂ ਕਰਕੇ ਤੇਰੇ ਪਾਪਾ ਨੂੰ ਮੈਂ ਕਿਹਾ ਸੀ, ਮੈਂ ਕਿਹਾ ਸਵੇਰੇ ਚਲ ਜਿਓ ਤੁਸੀਂ ਤੇ ਅੱਜ ਦਵਾਈ ਲੈ ਆਓ। ਰਾਤੀ ਹਨੇਰਾ ਹੋ ਗਿਆ ਤੇ ਹੁਣ ਤੇਰੇ ਪਾਪਾ ਨੇ ਹਲੇ ਰੋਟੀ ਨਹੀਂ ਖਾਧੀ ਸਵੇਰ ਦੀ, ਆਂਦਾ ਮੁੜ ਕੇ ਉੱਥੇ ਮਰੀਜ਼ ਜ਼ਿਆਦੇ ਹੋ ਜਾਂਦੇ ਤੇ ਟਾਈਮ ਬੜਾ ਲੱਗ ਜਾਂਦਾ ਵਾ, ਤੇ ਹੁਣ ਜਦੋਂ ਪਾਪਾ ਨੇ ਆਉਣਾ ਵਾ ਨਾ ਤੇ ਤੂੰ ਆਉਂਦਿਆਂ ਨਾ ਕਹਿਣ ਡੈ ਵੀ ਪਾਪਾ ਮੈਂ ਤਿਆਰ ਹੋ ਗਈ, ਸਿਰ ਵਾ ਲਿਆ, ਛੇਤੀ ਚੱਲੀਏ, ਉਹਨੂੰ ਰੋਟੀ ਰਾਟੀ ਪੁੱਤ ਖਾ ਲੈਂਦੀ ਚੰਗਾ, ਤੇ ਫੇਰ ਜਾਇਓ ਤੁਸੀਂ। ਲੈ ਮੈਂ ਤੇਰਾ ਤੇਰਾ ਸਿਰ ਵਾ ਦਿੰਦੀ ਆਪਣੀ ਧੀ ਦਾ, ਤੇ ਉੱਥੇ ਜਾ ਕੇ ਸ਼ੈਤਾਨੀ ਨਾ ਕਰੀ ਚੰਗਾ। ਠੀਕ ਆਹੋ ਕਿਹੜੀ ਪੈਂਟਾਂ ਦੀ ਗੱਲ ਕਰਨ ਡਿਆ, ਇੱਕ ਤੇ ਇਹਨੇ ਬੜਾ ਸਤਾਇਆ ਮੈਨੂੰ। ਹਾਂਜੀ ਆ ਗੁਰਬਰ ਬੜੀਆਂ ਚੀਕਾਂ ਮਾਰਨ ਡਿਆ, ਕਿਤਨਾ ਖੇਡਣ ਡਿਆ ਬਾਹਰ ਪੁੱਤ। ਉਹਦਾ ਫਤਿਹ ਨਾ ਖੇਡਣ ਡਿਆ, ਤੇ ਫਤਿਹ ਨਾ ਖੇਡਣ ਡਿਆ ਵਾ, ਤੇ ਕਦੋਂ ਦੀ ਗਈ ਹੋ ਤੇਰੀ ਚਾਚੀ। ਮੈਂ ਮੈਨੂੰ ਨਾ ਕੱਪੜੇ ਦੇ ਆਵਾਂ, ਮਨਜੀਤ ਨੂੰ ਕੱਪੜੇ ਦੇ ਆਵਾਂ, ਹਜੇ ਤੱਕ ਨਹੀਂ ਮੁੜੀ ਕੱਪੜੇ ਦੇ ਕੇ, ਬਹੁਤਾ ਹੀ ਇਹਨੇ ਦੁਖੀ ਕੀਤਾ ਵਾ, ਨਿਆਣੇ ਲੜ ਲੜ ਮਰ ਜਾਣ ਭਾਵੇਂ। ਫਤਿਹ ਹੁਣੇ ਆਇਆ, ਮੈਨੂੰ ਪਤਾ ਨਹੀਂ ਲੱਗਾ ਕਿਹੜੇ ਵੇਲੇ ਫਤਿਹ ਆਇਆ ਵਾ। ਨਹੀਂ ਉਹ ਕਦੋਂ ਦਾ ਆ ਗਈ ਖੇਡਣ ਡੇ, ਮਤਲਬ ਸਿਰ ਬਾਅਦ ਚ ਪਾਉਣੀ ਪੁੱਤ, ਪਹਿਲਾਂ ਮੈਂ ਵੇਖਾਂ ਕਿੱਥੇ ਆ ਇਹਨੂੰ। ਬੁੱਢੀ ਨੂੰ ਜਿੰਨਾ ਚਿਰ ਤੱਕ ਵਾਜਾਂ ਦਾ ਨਾ ਮਾਰ, ਉਹਨਾਂ ਚਿਰ ਤੱਕ ਨਹੀਂ ਇਹਨੇ ਕਿਸੇ ਦੀ ਆਵਾਜ਼ ਸੁਣਨੀ। ਨਹੀਂ ਸੌਖਾ ਕਿਉਂ ਜੀ ਕਮਾਲ ਲਿਆ ਗੁਰਬਰ, ਪਤਾ ਕਿਉਂ ਜੀ ਕਮਾਲ ਲਿਆ ਸੀ, ਕਿਹਨੇ ਮਾਰਿਆ ਸੀ, ਕਿਹਨੇ ਇਹਨੇ ਅਗਰ ਤੂੰ ਕਿਉਂ ਮਾਰਿਆ ਮੇਰੇ ਪੁੱਤ ਨੇ। ਨਹੀਂ ਮੈਂ ਨਹੀਂ ਮਾਰਦਾ ਸੀ, ਆ ਮਾਰਦਾ ਕਿਹਨੇ ਮਾਰਿਆ ਸੀ, ਕਿਹਨੇ ਮਾਰਿਆ, ਕਿਹਨੇ ਮਾਰ, ਇਹਨੇ ਥੋੜੀ ਮਾਰਿਆ ਦੀਦੀ ਤੇ ਅੰਦਰੋਂ ਆਈ ਪੁੱਤ। ਮੈਂ ਤਾਂ ਅੰਦਰੋਂ ਆਈ ਆ। ਵੇਲਾ ਬੁੱਢੀ ਦੇ ਚਾਲੇ ਆ, ਸਾਡੇ ਘਰ ਕੋਈ ਹੁਣੇ ਆ ਜੇ ਕਿ ਮਨਜੀਤ ਆਇਆ ਵਾ, ਮੁੰਡਾ ਇਹਨਾਂ ਦਾ ਆਇਆ, ਤੇ ਆਪਾਂ ਚੱਲ ਉਹਦੇ ਕੋਲ ਹੋ ਕੇ ਆਈਏ, ਕੋਈ ਗੱਲਬਾਤ ਕਰਕੇ ਆਈਏ। ਮਨਪ੍ਰੀਤ ਦੀ ਭੈਣ ਭਰਾਵਾਂ ਨੇ ਸਾਰਿਆਂ ਨੇ ਆਉਣਾ ਹੁੰਦਾ ਵਾ, ਤੇ ਕਿਤੇ ਉੱਠ ਕੇ ਥਾਂ ਨਹੀਂ ਹੁੰਦੀ ਸਵੇਰ ਦਾ, ਵੇਖ ਲਾਰਾ। ਹੁਣ ਇਹਨੂੰ ਮੈਂ ਆਵਾਜ਼ ਮਾਰਾਂ ਨਾ ਮੁੰਡੇ ਨੂੰ ਕਹਿਣਾ ਕਿ ਮਨਜੀਤ ਆਣ ਕੇ ਵੇਖ ਇੱਥੇ, ਫਿਰ ਕਹਿਣਾ ਵਾ ਸੱਸ ਨੇ ਆਉਂਦਿਆਂ ਲੜਾਈ ਪਾਤੀ, ਆਉਂਦਿਆਂ ਚੁਗਲੀਆਂ ਲਾਤੀਆਂ ਵਾ, ਇਹਨੂੰ ਹੁਣ ਕੌਣ ਸਮਝਾਵੇ। ਬੰਦਾ ਮੇਰਾ ਚੱਜਦਾ ਵਾ ਤੇ ਮੈਂ ਉਹਨੂੰ ਦੱਸਾਂ ਆਪਣੇ ਦੁੱਖ, ਵੀ ਆਹ ਵੇਖ ਲਾ ਕੀ ਕਰਦੀ ਆ, ਉਹ ਵੀ ਬੱਜੀ ਹੋ ਕੇ ਬਹਿ ਗਿਆ, ਮਹਾਰਾਜ ਕਦੋਂ ਠੀਕ ਕਰੇਗਾ ਇਹਨੂੰ।
ਛੇਤੀ ਠੀਕ ਕਰ ਦੇ। ਆ ਜਾ ਪੁੱਤ ਆ ਜਾ, ਆ ਆ ਦੁੱਧੂ ਪੈਣ ਤੈਨੂੰ ਖਾ ਪੀ ਕੁਛ, ਤੂੰ ਉਹਨੇ ਕੀਤਾ ਕਦੋਂ ਆਉਣਾ, ਆ ਤੇਰਾ ਸਿਰ ਵਾਹ ਪੁੱਤ, ਆ ਜਾ ਪਤੇ ਆ ਜਾ, ਚੱਲ ਆ ਜਾ ਆ ਜਾ, ਤੁਸੀਂ ਆ ਜਾ, ਸ਼ੈਤਾਨੀ ਨਾ ਕਰਿਓ, ਚੰਗਾ ਲੜਿਓ ਨਾ ਮੇਰਾ ਪੁੱਤ। ਹਾਂ ਲੱਭੀ ਕਿ ਨਹੀਂ ਲੱਭੀ ਹੈ ਨਾ, ਬੰਦੇ ਨੂੰ ਚਾ ਹੁੰਦਾ ਸਗੋਂ ਹੈ ਵੀ ਮੈਂ ਚੀਜ਼ਾਂ ਲੱਭ ਲੱਭ ਕੇ ਰੱਖਾਂ ਵੀ ਆਉਣਾ ਵਾ ਮੇਰੇ ਬੰਦੇ ਨੇ, ਤੈਨੂੰ ਕੋਈ ਚਾ ਹੀ ਨਹੀਂ ਹੈਗਾ। ਲੱਭਣ ਤੇ ਨਹੀਂ ਆ, ਸਾਹਮਣੇ ਚੀਜ਼ਾਂ ਹੋਰ ਕਿੱਦਾਂ ਲੱਭਾਂ। ਸਾਹਮਣੇ ਪਈ ਆ ਵੇਖ ਲਾ, ਆ ਇੱਕੋ ਹੀ ਮੇਰੀ ਇਹੋ ਜਿਹੀ ਪੈਂਟ ਹੈ ਵੀ ਜਿਹੜੀ ਮੈਨੂੰ ਵਧੀਆ ਆਉਂਦੀ ਆ ਤੇ ਮੈਂ ਇੱਥੇ ਰਹਿਣਦੀ। ਆਹੋ ਵੇਖਿਆ ਉਹ ਕੰਮ ਨਾ, ਹਲੇ ਤੱਕ ਬਟਨ ਨੂੰ ਨੀ ਪੱਛੀ ਲਾਈ ਤੂੰ ਕਿ ਮੈਂ ਇਹਦਾ ਬਟਨ ਹੀ ਲਵਾ ਦਾਂ। ਹੈ ਚੁੱਪ, ਹੋਰ ਹੈ ਨਹੀਂ ਪੈਂਟਾ ਕੀ ਪਾਉਣੀ ਆ ਤੇ ਤੂੰ ਇਹਦਾ ਬਟਨ ਲਵਾ ਰਹੀ ਨਹੀਂ, ਸਾਲ ਹੋ ਗਿਆ ਇੱਥੇ ਪਈ ਨੂੰ ਤੇ ਹੋਰ ਕੰਮ ਥੋੜੇ ਹੁੰਦੇ ਘਰ ਕਿ ਮੈਂ ਪੈਂਟ ਦਿਵਾਲੇ ਰਹਿਣਾ ਸੀ। ਤੈਨੂੰ ਪਤਾ ਮੈਂ ਬਹੁਤ ਜ਼ਰੂਰੀ ਆ ਜਾਣਾ ਡੈਡੀ ਨਾਲ। ਜਾ ਮਾਨ ਕਰ ਕਿਤੇ ਜਾ ਕੇ ਸੁੱਖ। ਹਾਏ ਹਾਏ ਬੈਡ ਤੇ ਵੀ ਹੈ ਨਹੀਂ, ਕਿੱਥੇ ਚਲ ਗਿਆ ਤੁਸੀਂ? ਲੈ ਸ਼ਾਬਾਸ਼ ਤੁਹਾਡੇ, ਕੀ ਬਣ ਡਿਆ ਅੰਦਰ? ਪੈਂਟ ਵੇਖਣ ਡਈ। ਮੁੰਡਾ ਕਿੱਥੇ ਆ? ਮੁੰਡਾ ਕਿ ਮੈਂ ਥੱਲੇ ਛੱਡ ਗਈ ਆਈ ਮੰਮੀ, ਥੱਲੇ ਛੱਡ ਕੇ ਆਈ ਨੇ ਮੁੰਡਾ ਤਾਂ ਕਿਤੇ ਸ਼ਦਾਈ ਹੋ ਗਏ ਨਿਆਣੇ, ਉਧਰੋਂ ਫਤਿਹ ਆਇਆ ਉਧਰੋਂ ਉਹ ਤੇ ਕਿਤੇ ਘੁਲ ਡਏ ਤੇ ਲੜ ਡਏ, ਬਾਜੀਆਂ ਸਾਰੀਆਂ ਖਿਲਾਰੀਆਂ ਕਿਤੇ ਇੰਨਾ ਮਿੱਟੀ ਦਾ ਖਿਲਾਰਾ ਵੇ, ਬਾਹਰ ਜਾ ਕੇ ਕੀ ਬਣ ਡਿਆ? ਉਹ ਗੱਲ ਆਪਣਾ ਨਿਆਣਾ ਹੀ ਸਾਹਮਣੇ, ਹੋਰ ਨਹੀਂ ਕੁਛ ਕਰਨਾ ਤੇ ਮੁੜ ਕੇ ਆਖਣਾ ਵਾ ਵੀ ਮੁੰਡਾ ਬੰਦਾ ਮੇਰਾ ਆਇਆ ਵਾ ਤੇ ਮੁੰਡੇ ਆਪਣੇ ਨੂੰ ਗੱਲਾਂ ਕਰਦੀ ਆ, ਹੁਣ ਮੈਂ ਕੀ ਕਿੱਥੇ ਕਿੱਥੇ ਹੋਵਾਂ? ਹੁਣ ਮੈਂ ਤੈਨੂੰ ਦੱਸ ਦੇ ਸੂਟ ਕਿੱਥੇ ਉਹਦਾ, ਫਿਰ ਆ ਮੈਨੂੰ ਕੋਈ, ਮੈਂ ਪਾਵਾਂ ਉਹਨੂੰ। ਆ ਪਾਉਣਾ ਸੀ ਮੰਮੀ, ਅੰਮੀ ਕੱਢਿਆ ਡੈਡੀ ਸੁੱਤੇ ਰਹੇ ਰਾਤ, ਉਹ ਤਾਂ ਸੁੱਤਾ ਵੀ ਰਿਹਾ ਤੇ ਨਹੀਂ ਵੀ ਸੁੱਤਾ ਰਿਹਾ, ਉਹ ਤੇ ਮਨਜੋਤ ਦਵਾਈ ਲੈਣ ਗਿਆ ਸਵੇਰ ਦਾ ਹੀ ਲੈ ਕੇ, ਹੁਣ ਤੇ ਉਹ ਆਉਣ ਵਾਲੇ ਆ ਤੇ ਮੈਂ ਤਿਆਰ ਹੋਇਆ ਵੀ ਮੈਂ ਜਾਣਾ ਵਾ ਨਾਲੇ ਡਾਕਟਰ ਨੂੰ ਚੰਗੀ ਤਰ੍ਹਾਂ ਪੁੱਛਣਾ ਹੈ ਵੀ ਕੀ ਗੱਲ ਡੈਡੀ ਇਦਾਂ ਕਿਉਂ ਕਰਦਾ। ਲੈ ਦੱਸ ਟਾਈਮ ਪਹਿਲਾਂ ਵੇਖੋ ਕਿੱਥੇ ਤੁਹਾਡੇ, ਟਾਈਮ ਵੇਖੋ ਘੜੀਆਂ ਮੋਬਾਈਲ ਵੇਖੋ ਕਿੰਨੇ ਵੱਜ ਗਏ ਆ, ਆ ਹੁਣ ਲੈ ਕੇ ਜਾਣਾ ਸੀ। ਉਹ ਮੰਮੀ ਟਾਈਮ ਕਿੰਨੇ 9 ਹੀ ਵਜੇ ਆ, 10:30 ਵਜੇ ਨਾਲ ਡਾਕਟਰ ਨੇ ਬਹਿਣਾ। 10:30 ਹੋਣ ਡੇ, ਅੱਖਾਂ ਖੋਲ ਕੇ ਵੇਖ ਟਾਈਮ, 9 ਵਜੇ ਡਾਕਟਰ ਬਹਿ ਜਾਂਦੇ ਆ, 10:30 ਹੋ ਗਏ ਆ। ਆਹੋ ਲੈ ਪੁੱਤ ਅੱਖਾਂ ਖੋਲੋ, ਹੁਣ ਤੁਸੀਂ ਆਏ, ਸ਼ੁਕਰ ਵਾ ਮਹਾਰਾਜ ਦੀ ਘੜੀ ਨੂੰ ਆਇਆ। 10:30 ਹੀ ਹੋਏ ਆ, ਬੰਦਾ ਇੱਕ ਵੇਲੇ ਨਾਲ ਹੀ ਦਵਾਈ ਲੈਣ ਜਾਂਦਾ ਵਾ। ਪੁੱਤ ਉਹਨੇ ਕਿਤੇ ਜਾਣਾ ਹੀ, ਉਹਨੂੰ ਕੰਮ ਹੀ ਜ਼ਰੂਰੀ ਮਨਜੋਤ ਨੂੰ, ਤੋ ਆਂਦਾ ਮੈਂ ਪਹਿਲਾਂ ਦਵਾਈ ਦਵਾ ਲਿਆ ਵਾ, ਉਹ ਕਹਿੰਦਾ ਮਨਜੀਤ ਦਵਾਈ ਦਵਾ ਦੇ, ਮੈਂ ਚੱਲ ਕੋਈ ਨਹੀਂ ਜੇ 2-4 ਦਿਨ ਨਾ ਆਉਂਦਾ ਫਿਰ ਵੀ ਤੇ ਦਵਾਈ ਆਪਾਂ ਲਿਆਉਣੀ, ਕੋਈ ਨਹੀਂ ਉਹ ਆਇਆ ਉਹਨੂੰ ਰੈਸਟ ਕਰਨ ਦੋ ਤੇ ਤੂੰ ਜਾ ਕੇ ਦਵਾਈ ਦਵਾ ਲਿਆ, ਤੇ ਤੁਸੀਂ ਉੱਠ ਕੇ ਬਾਹਰ ਹੀ ਨਹੀਂ ਆਏ, ਚੌਂਕੇ ਦਾ ਵੀ ਕੁਝ ਕਰਨਾ ਹੁੰਦਾ ਵਾ ਕਿ ਬਸ ਇੱਕੋ ਹੀ ਕੰਮ ਆ। ਲੈ ਵੀ ਜੇ ਨਾਲ ਚੱਲ ਜਾਂਦਾ ਮੇਰੇ ਡੈਡੀ, ਬਾਈ ਖੁੱਲ ਜੂ ਡਿਪੋ ਵੇ, ਹਾਰਨ ਵੱਜ ਗਿਆ ਬਾਹਰ ਗੱਡੀ ਦਾ, ਮੈਨੂੰ ਲੱਗਦਾ ਤੇ ਡੈਡੀ ਆ ਹੀ ਗਿਆ ਵਾ। ਫੜਾ ਦੋ ਮੰਮੀ ਕੱਪੜੇ, ਮੈਂ ਆਪੇ ਗਲੋ ਨੂੰ ਲਵਾ ਕੇ ਤੇ ਪਾ ਦੇਣੀ ਆ। ਮੈਂ ਵੇਖਾਂ ਉਹਨੂੰ ਕਿੱਦਾਂ ਹੁਣ ਕੀ ਦੱਸਿਆ ਦਵਾਈ ਦਾ, ਮੈਂ ਕਿਹਾ ਡੈਡੀ ਨੂੰ ਮੈਂ ਲੈ ਕੇ ਜਾਊਂਗਾ। ਅੱਗੇ ਤੁਹਾਨੂੰ ਪਤਾ ਨਹੀਂ ਮੰਮੀ ਨੇ ਚਲਾਈ ਦਾ, ਸਭ ਮੰਮੀ ਦੀਆਂ ਚਲਾਕੀਆਂ ਵਾ ਵੀ ਮਨਜੋਤ ਦੇ ਨੰਬਰ ਬਣੇ ਰਹਿਣ ਤੇ ਤੁਹਾਨੂੰ ਥੱਲੇ ਵਿਖਾਇਆ ਹੀ ਜਾਏ ਵੀ ਇਹ ਨਕੰਮਾ ਵਾ, ਹੈ ਨਹੀਂ ਕਿਹ ਕੰਮ ਦਾ, ਇਹਨੂੰ ਨਹੀਂ ਪਿਓ ਦੀ ਫਿਕਰ ਤੇ ਉਹਨੂੰ ਜ਼ਿਆਦੀ ਆ। ਮੰਮੀ ਮੇਰੇ ਨਾਲ ਆਉਂਦਿਆ ਤੇ ਨਹੀਂ ਇਦਾਂ ਕਰਨਾ ਵੀ, ਤੁਹਾਨੂੰ ਨਹੀਂ ਦਿਖਣਾ ਫਿਰ ਉਹ, ਨਾ ਤੂੰ ਇਦਾਂ ਸੋਚਿਆ ਕਰ। ਸੋਚਿਆ ਨਾ ਕਰ, ਹੁਣ ਤਾਂ ਦੇਖਣ ਦੇ ਸਾਹਮਣੇ ਹੋਇਆ, ਹਜੇ ਵੀ ਨਹੀਂ ਤੁਹਾਨੂੰ ਯਕੀਨ ਆਉਂਦਾ। ਓਏ ਉਹਨੂੰ ਹੋਣਾ ਵਾ ਵੀ ਚੱਲ ਅੱਜ ਪਹਿਲਾ ਦੇਣਿਆ ਬਾਹਰੋਂ ਆਏ ਨੂੰ ਤੇ ਘਰ ਹੀ ਰਵੇ, ਇੱਕ ਮੈਨੂੰ ਕਿੰਨੇ ਆਵਾਜ਼ ਮਾਰੀ ਲੇਟ ਉੱਠਿਆ ਤਾਂ ਹੀ। ਉਹੀ ਗੱਲ ਤੇ ਚਾਹੁੰਦੇ ਆ ਵੀ ਆਪਾਂ ਨਾ ਆਵਾਜ਼ ਮਾਰੀਏ, ਲੇਟ ਆਏ ਫਿਰ ਉਹਨੂੰ ਆਪਾਂ ਗੱਲਾਂ ਥੱਲੇ ਲਿਆਈਏ। ਉਹ ਗੱਲ ਨਾ, ਫੋਨ ਤੇ ਮੈਂ ਤੁਹਾਨੂੰ ਸਾਰਾ ਕੁਝ ਇੱਥੋਂ ਦਾ ਦੱਸਦੀ ਰਹੀ ਜਦੋਂ ਤੁਸੀਂ ਬਾਹਰ, ਹਜੇ ਵੀ ਨਹੀਂ ਤੁਹਾਨੂੰ ਪਤਾ ਲੱਗਦਾ। ਵੱਡੀ ਸੋਚ ਰੱਖਿਆ ਕਰ ਆਪਣੀ, ਵੱਡੀ ਸੋਚ ਕੋ ਨਾ ਕੋ ਬਣ ਜੂਗੀ, ਨਹੀਂ ਤਾਂ ਕੱਖ ਨਹੀਂ, ਇਦਾਂ ਹੀ ਰਹਿਣਾ ਹੀ। ਕੋਈ ਗੱਲ ਨਹੀਂ, ਹੁਣ ਮੈਂ ਨਾ ਫਿਰ ਮੰਮੀ ਕਹੂੰਗੀ ਤੁਹਾਨੂੰ ਪਤਾ ਲੱਗੂ।
ਕਹਿੰਦੇ ਬੂਹ ਜਿਹੜਾ ਖੋਲਣਾ ਕਹਿੰਦੇ ਆਹ ਵੀ ਖੋਲਣਾ ਪੈਣਾ ਲੈ ਡੈਡੀ ਉੱਤਰ ਵੀ ਗਿਆ ਜੀ ਬਾਹਰ ਚਲਾਉਣਾ ਗੱਡੀ ਅੰਦਰ ਆ ਡੈਡੀ ਮੰਮੀ ਇੰਨਾ ਟਾਈਮ ਮੈਂ ਤਾਂ ਗੇਟ ਹੀ ਖੋਲ ਲੈਂਦਾ ਤੂੰ ਸਹੁਰੇ ਜਾਣਾ ਆਪਣੇ ਸਹੁਰੇ ਆਹੋ ਮੈਂ ਜਾਣਾ ਸਹੁਰੇ ਸਹੁਰੇ ਇੱਥੇ ਹੀ ਆ ਗਿਆ ਉਹਦੇ ਸਹੁਰੇ ਕਿੱਥੇ ਆ ਸਹੁਰੇ ਚਲੀਏ ਸਹੁਰੇ ਕਿਹਦੇ ਸਹੁਰੇ ਤੇਰੇ ਸਹੁਰੇ ਚਲੋ ਚਲੋ ਮੇਰੇ ਸਹੁਰੇ ਚਲੋ ਆਵੇ ਅੰਦਰ ਮੰਮੀ ਕਿੰਨੀ ਮੁਸ਼ਕਿਲ ਲਿਆਂਦਾ ਮੈਂ ਅਜੇ ਨਾਲ ਮੇ ਚੱਲ ਜਾਂਦਾ ਨਾ ਤੇ ਚੰਗਾ ਰਹਿਣਾ ਹੈ ਉਹ ਹੁਣ ਕੀ ਕਰਾਂ ਮੈਂ ਕੋ ਕਹਿ ਸਕਦੀ ਆ ਆ ਆ ਗਏ ਆਖਣਾ ਮੈਂ ਰਾਤੀ ਆਇਆ ਕੱਲ ਆਇਆ ਕਦੀ ਬਾਜੀ ਖੋਲਣ ਪਏ ਕਿ ਚੀਹੇ ਜੇ ਬਾਹਰ ਕੱਢੇ ਮੂੰਹ ਕਿੰਨਾ ਔਖਾ ਆ ਠੀਕ ਹੋ ਜਾਊਗਾ ਕੀ ਆਖਿਆ ਡਾਕਟਰ ਨੇ ਉਹਦਾ ਬੈਡ ਕਹਿੰਦਾ ਰੈਸਟ ਕਰਾਓ ਹੋ ਜਾਣਾ ਠੀਕ ਚਾ ਮੰਮੀ ਬੈਡ ਤੇ ਲੰਮੇ ਪਾ ਦੋ ਇਹਨੂੰ ਜਿੱਦਾਂ ਦਵਾਈ ਦਿੱਤੀ ਹੈ ਨਾ ਦੇ ਕੇ ਆ ਤੇ ਆ ਗਏ ਵੀਰ ਆਹੋ ਆ ਗਏ ਕੀ ਦੱਸਿਆ ਡਾਕਟਰ ਨੇ ਮੰਮੀ ਪਾਲੇ ਲੰਮੇ ਡਾਕਟਰ ਕਹਿੰਦਾ ਕਿ ਕੋਈ ਨਹੀਂ ਹੋ ਜਾਣਾ ਠੀਕ ਹੋ ਜਾਣਾ ਮੈਨੂੰ ਤੇ ਕੋਈ ਹੋਰ ਸ਼ਿਕਾਇਤ ਲੱਗਦੀ ਮੈਨੂੰ ਲੱਗਦਾ ਦਿਮਾਗ ਮੁਗਦਾ ਤੇ ਨਹੀਂ ਕੋਈ ਚੱਕਰ ਪਿਆ ਦਿਮਾਗ ਦਾ ਹੀ ਆ ਕਿ ਹੋਰ ਕਹਦਾ ਵਾ ਡਾਕਟਰ ਕਹਿੰਦਾ ਕੋਈ ਨਹੀਂ ਹਰ ਦੁੱਖ ਦਾ ਇਲਾਜ ਹੋਣਾ ਹੋ ਜਾਣਾ ਠੀਕ ਰੈਸਟ ਕਰਾਓ ਬਸ ਵੀਰ ਮੇਰੇ ਕਰਮਾਂ ਚ ਇਹੋ ਹੀ ਗਾ ਵੀ ਮੈਂ ਇੱਕ ਤੇ ਭਾਬੀ ਦਾ ਮੂੰਹ ਨਹੀਂ ਵੇਖਿਆ ਤੇ ਇੱਕ ਆ ਡੈਡੀ ਦਾ ਜੇ ਵੇਖਣ ਦਿਆਂ ਤੇ ਆਹ ਹਾਲ ਚ ਆ ਚੱਲ ਕੋਈ ਨਹੀਂ ਦੁੱਖ ਸੁੱਖ ਨਾਲ ਹੀ ਆ ਕੇ ਫੇਰ ਕਰਨਾ ਚੰਗੇ ਦੁੱਖ ਸੁੱਖ ਸਾਡੇ ਘਰਾਂ ਚ ਪੈ ਗਏ ਤੇ ਤੂੰ ਜੋਟੀ ਨਾ ਟਾਈਮ ਨਾ ਮੈਂ ਨਾਲ ਜਿੰਨਾ ਕਿੰਨਾ ਔਖਾ ਲੱਗ ਗਿਆ ਮੈਨੂੰ ਮੈਂ ਤੇ ਕਹਿਣ ਦਿਆ ਮੰਮੀ ਨੂੰ ਵੀ ਮੈਨੂੰ ਆਵਾਜ਼ ਹੀ ਦੇ ਦਿੰਦੇ ਮੰਮੀ ਕਹਿੰਦੇ ਤੂੰ ਇਹ ਆਇਆ ਨਵਾਂ ਨਵਾਂ ਤਾਂ ਕਰਕੇ ਨਹੀਂ ਆਵਾਜ਼ ਦਿੱਤੀ ਤੇ ਚੱਲ ਡਾਕਟਰ ਕੋਲ ਮੈਂ ਵੀ ਕੋਈ ਪੁੱਛਦਾ ਆਵਾਜ਼ ਮਾਰੇ ਹੁਣ ਕੀ ਪਤਾ ਆਵਾਜ਼ ਮਾਰੇ ਕਮਰੇ ਕੁੰਡੀ ਬੰਦ ਨੂੰ ਮਦਾ ਉੱਠਿਆ ਦਾ ਟਾਈਮ ਨਾ ਉੱਠਿਆ ਹੀ ਮੈਂ ਆਵਾਜ਼ ਮਾਰੀ ਮੰਮੀ ਦੱਸਦੀ ਵੀ ਇੰਨੇ ਟਾਈਮ ਨਾਲ ਜਾਣਾ ਤੇ ਮੈਂ ਵੀ ਉੱਠ ਜਾ ਨਾ ਟਾਈਮ ਨਾਲ ਫਿਰ ਚਲੋ ਫਿਰ ਤੁਸੀਂ ਪੀਓ ਚਾਹ ਪਾਣੀ ਆਏ ਜੇ ਹੁਣ ਗਾੜੀ ਦਾ ਕੀ ਧਿਆਨ ਫਿਰ ਆਹੋ ਜਾਉਂ ਮੈਂ ਨਾਲ ਹੀ ਕੋਈ ਨਹੀਂ ਹੁਣ ਮੈਨੂੰ ਆਪੇ ਸਿਰ ਉੱਪਰ ਆ ਗਿਆ ਦਾਦੀ ਮੈਂ ਤਾਂ ਟਾਈਮ ਹੀ ਨਹੀਂ ਲੱਗਣਾ ਉਹ ਤੋਂ ਗਿਆ ਤਿਆਰ ਹਾਂਜੀ ਬਾਬਾ ਹੁਣ ਤੇ ਛੇ ਛੇ ਦੀ ਰੋਟੀ ਖਾ ਲੈ ਫਿਰ ਅਸੀਂ ਚੱਲੀਏ ਆਹੋ ਤੇ ਛੇ ਰਵਾਇਆ ਨਹੀਂ ਆ ਉਹ ਦਾਦੀ ਮੈਂ ਤਾਂ ਟਾਈਮ ਹੀ ਨਹੀਂ ਲੱਗਣਾ ਹੁਣ ਚਾਚੀ ਨੂੰ ਤੇ ਸੱਦਣ ਚਲਾ ਗਿਆ ਹੁਣ ਫਿਰ ਮੈਂ ਇੱਧਰ ਹੀ ਖਾ ਲੈ ਫਿਰ ਬੈਂਡ ਵੀ ਮੈਂ ਤੁਹਾਡੇ ਵਾਈਟ ਤੇ ਵਾਈਟ ਹਾਂ ਇੱਧਰ ਸੁਣੀ ਲੱਗਣੀ ਤੂੰ ਤੇ ਹਾਂ ਫਿਰ ਇੱਧਰ ਹੀ ਚੱਲ ਜਾਂਦੀ ਆ ਚੱਲ ਤਿਆਰ ਹੋ ਗਈ ਤੂੰ ਬਾਹਰ ਖੇਡਦਾ ਤੇ ਮੈਂ ਰੋਟੀ ਖਾ ਲਾਂ ਮਿੰਟੋ ਮਿੰਟੀ ਕੱਪੜੇ ਪਾ ਕੇ ਨਾ ਤੇ ਮੈਂ ਆ ਗਿਆ ਠੀਕ ਹੈਂ ਠੀਕ ਹਈ ਸੋਹਣੀ ਲੱਗਣੀ ਮੇਰੀ ਧੀ ਥੈਂਕ ਯੂ ਬਾਬਾ ਨਜ਼ਰ ਨਾ ਲਾਇਆ ਕਿਤੇ ਮੈਂ ਵੀ ਰੋਟੀ ਖਾ ਲਾਂਦਾ ਤਾਂ ਹਾਏ ਗੁਰੂ ਦੇ ਕੱਡੇ ਪੁਰਾਣੇ ਖਡੌਣੇ ਰੱਖੇ ਆ ਸੋਚੀ ਦਾ ਹੱਥ ਵੀ ਨਹੀਂ ਲਾਉਣ ਦਿੰਦੇ ਕਿਸੇ ਨੂੰ ਜੇ ਮੇਰੇ ਮੰਮਾ ਵੀ ਹੁੰਦੇ ਮੈਨੂੰ ਵੀ ਖਡੌਣੇ ਲਿਆ ਕੇ ਦਿੰਦੇ ਛੋਟੀ ਹੁੰਦੀ ਨੇ ਖਡੌਣੇ ਨਹੀਂ ਮੰਗੇ ਹੈਗੇ ਚਾਚੀ ਤਾਂ ਉਹਨੂੰ ਬਿਨਾਂ ਪੁੱਛੇ ਲਿਆ ਦਿੰਦੇ ਆ ਤੇ ਮੰਮਾ ਵੀ ਮੈਨੂੰ ਲਿਆ ਕੇ ਦਿੰਦੇ ਉਹਨਾਂ ਵਿੱਚ ਮੈਨੂੰ ਪਤਾ ਹੀ ਨਹੀਂ ਹੁਣ ਕਿੱਥੇ ਆ ਹਾਏ ਜੇ ਮੇਰੇ ਮੰਮਾ ਵੀ ਹੁੰਦੇ ਤੇ ਮੈਨੂੰ ਵੀ ਖਡੌਣੇ ਲਿਆ ਕੇ ਦਿੰਦੇ ਪਰ ਹੁਣ ਮੈਨੂੰ ਤਾਂ ਮੰਮਾ ਹੀ ਨਹੀਂ ਪਤਾ ਕਿੱਥੇ ਆ ਹਾਏ ਰੋਬੋਟ
ਹੈਲੋ ਸਮਰੀਤ, ਖਿਡੌਣੇ ਪਸੰਦ ਆ? ਹਾਂਜੀ ਮੰਮਾ। ਦੇ ਕਿੰਨੇ ਸੋਹਣੇ ਆ, ਤੂੰ ਖੇਡਿਆ ਕਰੇਂਗੀ ਇਹਨਾਂ ਨਾਲ? ਹਾਂ ਖੇਡਿਆ ਕਰੂ ਮੈਂ। ਤੈਨੂੰ ਕੀ ਲੱਗਦਾ ਸੀ ਤੇਰੀ ਮੰਮਾ ਨੇ ਤੇਰੀ ਵਿਸ਼ ਨੀ ਪੂਰੀ ਕਰਨੀ ਖਿਡੌਣਿਆਂ ਦੀ? ਨਹੀਂ ਵੀ ਤਾਂ ਪਤਾ ਹੀ ਨਹੀਂ, ਕਰ ਦਿੰਦੇ ਆ। ਕਿੰਨੇ ਸੋਹਣੇ ਆ ਨਾ ਖਿਡੌਣੇ? ਹਾਂਜੀ। ਮੇਰੀ ਧੀ ਨੇ ਏਦਾਂ ਖੁਸ਼ ਰਹਿਣਾ ਵਾ, ਸੈਡ ਨੀ ਹੋਣਾ। ਪਰ ਤੇ ਮੈਨੂੰ ਨਹੀਂ ਦੇਖਦੇ। ਪੁੱਤ ਤੈਨੂੰ ਮੈਂ ਖਿਡੌਣੇ ਭੇਜੇ ਆ ਨਾ, ਬਾਬਾ ਜੀ ਕਹਿੰਦੇ ਸੀ ਜੇ ਖਿਡੌਣੇ ਭੇਜਣੇ ਆ ਫੇਰ ਤੂੰ ਨਹੀਂ ਦਿਖਣਾ। ਠੀਕ। ਤੇ ਮੈਂ ਕੋਈ ਨੀ ਤੈਨੂੰ ਜਲਦੀ ਦਿਖੂੰਗੀ, ਠੀਕ ਆ? ਠੀਕ ਆ। ਹੁਣ ਤੁਸੀਂ ਖੇਡੋ, ਠੀਕ ਆ? ਠੀਕ। ਮੰਮਾ ਨਾ ਗਿੱਧਾ ਪਾਉਂਦੇ ਨੇ, ਆਪਾਂ ਵੀ ਪਾਈਏ? ਚਲੋ ਮੈਂ ਬੋਲੀ ਪਾਉਂਦੀ ਆ, ਤੀਲਾ 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 ਵੀ ਲੱਕ ਮੇਰਾ ਪਤਲਾ ਜਿਹਾ, ਸੂਟ ਸਵਾ ਦੇ ਨੀਲਾ ਵੀ ਲੱਕ ਮੇਰਾ ਪਤਲਾ ਜਿਹਾ, ਸੂਟ ਸਵਾ ਦੇ। ਹੈਲੋ, ਪਹੁੰਚ ਗਏ ਮੈਂ ਟਾਈਮ ਨਾਲ ਹੀ, ਤੁਸੀਂ ਪਹੁੰਚ ਗਏ ਜੇ? ਹੋ ਤੇਜ ਹੋ ਤੇਜ, ਇੱਕ ਲਿੱਕ ਵੀਰ ਦੀ ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਕੱਟੇ ਮੁਝੋ ਭਾਈ ਦਾ, ਭਾਈ ਬੈਠਾ ਖੂਈ ਤੇ, ਮੰਜੀ ਰੋਈ ਤੇ, ਰੋਈ ਗਈ ਸਾਡੇ। ਹੋਰ ਬੋਲੀ ਪਾਈਏ ਹੁਣ? ਕੱਚ ਦੀ ਗਲਾਸੀ ਵਿੱਚ ਸੋਨੇ ਦੀਆਂ ਵਾਲੀਆਂ, ਕਹਿੰਦੇ ਰਹਿਣ ਬਾਪੇ ਧੀਆਂ ਪੁੱਤਾਂ ਵਾਂਗੂ ਪਾਲੀਆਂ। ਹਾਏ, ਸਮਰੀਤ ਕਿਹਦੇ ਨਾਲ ਗੱਲਾਂ ਕਰ ਰਹੀ ਆ? ਮੈਨੂੰ ਲੱਗਦਾ ਸਾਡੇ ਘਰ ਨਾ ਸਮਰੀਤ ਤੇ ਵੀ ਕੋਈ ਨਾ ਕੋਈ ਅਸਰ ਪੈ ਗਿਆ ਵਾ, ਕੋਈ ਨਾ ਕੋਈ ਤੇ ਚੱਕਰ ਪੈ ਗਿਆ ਵਾ ਇਹਦੇ ਤੇ ਵੀ। ਸਮਰੀਤ, thank you.